प्यारे विद्यार्थियों सत श्री काल आज आपा 6वीं जमात ਦਾ ਪਾਠ 9वां जो ਕਵਿਤਾ ਦੇ ਰੂਪ ਵਿੱਚ ਹੈ ਪਿਆਰੇ ਪੰਛੀ ਡਾਕਟਰ ਵਿਰਿੰਦਰਜੀਤ ਵਤਿਸ਼ ਹੋਰਾਂ ਨੇ ਕਵਿਤਾ ਇਹ ਲਿਖੀ ਹੈ ਸੋ ਆਪਾਂ ਇਹ ਪੜ੍ਹਨ ਜਾ ਰਹੇ ਹਾਂ ਪਿਆਰੇ ਪੰਛੀ ਪੰਛੀਆਂ ਬਾਰੇ ਤੁਸੀਂ ਜਾਣਦੇ ਹੋ ਬਹੁਤ ਤਰ੍ਹਾਂ ਦੇ ਪੰਛੀ ਹੈ ਹੈਨਾ ਕਬੂਤਰ ਨੇ ਘੁੱਗੀ ਐ ਠੀਕ ਐ ਗੋਟਾਰ ਐ ਹੈਨਾ ਕਾਂ ਐ ਇਲ ਐ ਠੀਕ ਐ ਫਿਰ ਆਪਣੇ ਚਿੜੀ ਹੈ ਠੀਕ ਐ ਤੋਤਾ ਹੈ ਮੋਰ ਹੈ ਹੋਰ ਬਹੁਤ ਸਾਰੇ ਜਿਹੜੇ ਪੰਛੀ ਐ ਤੁਸੀਂ ਦੇਖਦੇ ਹੋ ਹਰ ਰੋਜ਼ ਹੈਨਾ ਆਪਣੇ ਘਰਾਂ ਦੇ ਬਨੇਰਿਆਂ ਤੇ ਬਹਿੰਦੇ ਆ ਉੱਪਰ ਛੱਤਾਂ ਦੇ ਤਾਹਾਂ ਹੈਨਾ ਫਿਰ ਆਪਣੇ ਦਰਖਤਾਂ ਤੇ ਤੁਸੀਂ ਦੇਖਦੇ ਹੋ ਸਵੇਰੇ ਸਵੇਰੇ ਕਿੰਨਾ ਚਹਿਚਾਉਂਦੇ ਆ ਪੰਛੀ ਹਨਾ ਕਿੰਨੇ ਪਿਆਰੇ ਲੱਗਦੇ ਨੇ ਉਹ ਆਪਣਾ ਗੀਤ ਉੱਠ ਕੇ ਆਪਣੇ ਤਰੀਕੇ ਨਾਲ ਗਾਉਂਦੇ ਆ ਹਨਾ ਵਧੀਆ ਲੱਗਦੇ ਆ ਨਾ ਸੋ ਅੱਜ ਆਪਾਂ ਉਹਨਾਂ ਬਾਰੇ ਗੱਲ ਕਰਾਂਗੇ ਡਾਕਟਰ ਵਰਿੰਦਰਜੀਤ ਵਾਤਸ਼ ਜੀ ਹੋਰਾਂ ਨੇ ਜਿਹੜੀ ਕਵਿਤਾ ਲਿਖੀ ਹੈ ਪਿਆਰੇ ਪੰਛੀ ਇਹ ਆਪਾਂ ਨੂੰ ਅੱਜ ਦੇਖੂ ਆਪਾਂ ਦੇਖਾਂਗੇ ਕਿ ਇਹਦੇ ਵਿੱਚ ਆਪਾਂ ਨੂੰ ਕੀ ਕੀ ਦੱਸ ਰਹੇ ਨੇ ਉਹ ਪੰਛੀਆਂ ਬਾਰੇ ਹਨਾ ਰੋਜ਼ ਸਵੇਰੇ ਸੁੱਤੇ ਉੱਠ ਕੇ ਕਰਦੀ ਛੱਤ ਤੇ ਜਾਈਏ ਮੁੱਠੀਆਂ ਪਰ ਪਰ ਪੰਛੀਆਂ ਤਾਈ ਚੋਗਾ ਅਸੀਂ ਖਿੰਡਾਈਏ ਰੋਜ਼ ਸਵੇਰੇ ਸੁੱਤੇ ਤੇ ਉੱਠ ਕੇ ਘਰ ਦੀ ਛੱਤ ਤੇ ਜਾਈਏ ਮੁਠੀਆਂ ਪਰ ਪਰ ਪੰਛੀਆਂ ਤਾਈ ਚੋਗਾ ਅਸੀਂ ਖਿੰਡਾਈਏ ਮੁਠੀਆਂ ਪਰ ਪਰ ਪੰਛੀਆਂ ਤਾਈ ਚੋਗਾ ਅਸੀਂ ਖਿੰਡਾਈਏ ਸੋ ਇੱਥੇ ਦੇਖੋ ਕਿ ਰੋਜ਼ ਸਵੇਰੇ ਸੁੱਤੇ ਉੱਠ ਕੇ ਘਰ ਦੀ ਛੱਤ ਤੇ ਜਾਈਏ ਠੀਕ ਹੈ ਰੋਜ਼ ਸਵੇਰੇ ਠੀਕ ਹੈ ਜਦੋਂ ਦਿਨ ਚੜਦਾ ਹੈ ਉਦੋਂ ਆਪਾਂ ਜਦੋਂ ਘਰ ਦੀ ਛੱਤ ਤੇ ਜਾਂਦੇ ਆ ਠੀਕ ਹੈ ਤਾਂ ਉੱਥੇ ਕੀ ਦੇਖਦੇ ਆਪਾਂ ਠੀਕ ਹੈ ਘਰ ਦੀ ਛੱਤ ਤੇ ਪੰਛੀ ਹੁੰਦੇ ਆ ਠੀਕ ਹੈ ਆ ਦੇਖ ਰਹੇ ਹੋ ਤੁਸੀਂ ਆ ਦੇਖੋ ਕਬੂਤਰ ਹੈ ਹਨ ਪੰਛੀ ਹੁੰਦੇ ਆ ਮੁਠੀਆਂ ਭਰ-ਭਰ ਪੰਛੀਆਂ ਤਾਂ ਚੋਗਾ ਅਸੀਂ ਖਿੰਡਾਈਏ ਹਨ ਮੁਠੀਆਂ ਪਰ ਮੁਠੀਆਂ ਕੀ ਹੁੰਦਾ ਆ ਜਦੋਂ ਆਪਾਂ ਕੋਈ ਚੀਜ਼ ਇਸ ਤਰ੍ਹਾਂ ਕਰਕੇ ਇੱਕ ਮੁਠੀ ਇਸ ਤਰ੍ਹਾਂ ਭਰ ਲੈਨੇ ਆ ਹਨ ਆ ਮੁਠੀ ਇੱਕ ਮੁਠੀ ਠੀਕ ਹੈ ਭਰ ਕੇ ਆਪਾਂ ਜਦੋਂ ਐ ਕਰਕੇ ਖਲਾਰਦੇ ਆਂ ਦਾਣੇ ਹਨਾ ਖਲਾਰਦੇ ਆਂ ਇਸ ਤਰ੍ਹਾਂ ਕਰਕੇ ਤਾਂ ਕੀ ਹੈ ਭਰ ਭਰ ਪੰਛੀਆਂ ਤਾਂ ਹੀ ਮੁਠੀਆਂ ਭਰ ਭਰ ਪੰਛੀਆਂ ਤਾਂ ਹੀ ਪੰਛੀਆਂ ਵਾਸਤੇ ਤਾਂ ਹੀ ਮਤਲਬ ਵਾਸਤੇ ਹਨਾ ਠੀਕ ਹੈ ਤਾਂ ਹੀ ਸ਼ਬਦ ਹੈ ਮੁਠੀਆਂ ਭਰ ਭਰ ਪੰਛੀਆਂ ਦੇ ਲਈ ਜਾਂ ਵਾਸਤੇ ਚੋਗਾ ਅਸੀਂ ਖਿੰਡਾਈਏ ਚੋਗਾ ਚੋਗਾ ਜਿਹੜਾ ਚੋਗਾ ਚੁਗਦੇ ਆਂ ਪੰਛੀ ਚੁੰਝ ਨਾਲ ਹਨਾ ਦਾਣੇ ਜਿਵੇਂ ਤੁਸੀਂ ਪਾਉਨੇ ਹੋ ਠੀਕ ਹੈ ਉਹ ਦਾਣੇ ਜਦੋਂ ਚੁੰਝਾਂ ਨਾਲ ਚੁਗਦੇ ਆ ਹਨ ਉਹ ਜਿਹੜਾ ਪਾਉਨੇ ਉਹਨਾਂ ਨੂੰ ਚੋਗਾ ਆਖਿਆ ਜਾਂਦਾ ਕੀ ਆਖਿਆ ਜਾਂਦਾ ਚੋਗਾ ਠੀਕ ਹੈ ਕੀ ਲਿਖਾਂਗੇ ਆਪਾਂ ਇਹਨੂੰ ਚੋਗਾ ਠੀਕ ਹੈ ਜਿਹੜਾ ਆਪਾਂ ਘਰ ਦੀ ਛੱਤ ਤੇ ਜਾ ਕੇ ਆਪਾਂ ਉੱਥੇ ਪਾਉਨੇ ਆ ਹਨ ਪਾਉਨੇ ਉਹ ਨਾ ਤੁਸੀਂ ਕਿ ਨਹੀਂ ਪਾਉਂਦੇ ਨਹੀਂ ਪਾਉਂਦੇ ਤਾਂ ਪਾਇਆ ਕਰੋ ਹਨ ਪੰਛੀਆਂ ਨੂੰ ਜੇ ਥੱਲੇ ਆਪਣੇ ਜਿੱਥੇ ਵੀ ਆਉਂਦੇ ਆ ਥੋੜਾ ਜਿਹਾ ਚੋਗਾ ਖਿਲਾਰ ਦਿਆ ਕਰੋ ਔਰ ਪੰਛੀਆਂ ਨੂੰ ਜਿਹੜਾ ਹੈ ਦੂਜਾ ਕਿੰਨਾ ਦੂਰ ਸਫਰ ਕਰਨਾ ਪੈਂਦਾ ਕਈਆਂ ਨੂੰ ਚੋਗਾ ਚੁਗਣ ਵਾਸਤੇ ਹਨਾ ਜਾਣ ਵਾਸਤੇ ਆਪਣੇ ਨਿੱਕੇ ਨਿੱਕੇ ਬੱਚੇ ਆਲਣਾ ਚ ਛੱਡ ਕੇ ਆਉਂਦੇ ਐ ਤਾਂ ਦੂਰ ਜਾਂਦੇ ਚੋਗਾ ਚੁਗਣ ਵਾਸਤੇ ਤਾਂ ਤੁਸੀਂ ਉੱਥੇ ਜ਼ਰੂਰ ਇੱਕ ਮੁਠੀ ਦੋ ਮੁਠੀਆਂ ਜਿਹੜਾ ਹੈ ਨਾ ਚੋਗਾ ਖਿਲਾਰ ਦਿਆ ਕਰੋ ਹਨਾ ਵਧੀਆ ਲੱਗਦਾ ਹੈਗਾ ਇਸ ਤੋਂ ਬਾਅਦ ਹੈ ਦੇਖੋ ਮਿੱਟੀ ਦਾ ਇੱਕ ਖੁੱਲਾ ਪਾਂਡਾ ਹੁਣ ਇਥੇ ਮਿੱਟੀ ਦਾ ਇੱਕ ਖੁੱਲਾ ਪਾਂਡਾ ਮਿੱਟੀ ਦਾ ਇੱਕ ਖੁੱਲਾ ਪਾਂਡਾ ਤੋਂ ਪਾਣੀ ਨਾਲ ਭਰੀਏ ਦੋਵੇਂ ਪੈਣ ਪਰਾ ਫਿਰ ਇਸ ਨੂੰ ਦੋਵੇਂ ਪੈਣ ਪਰਾ ਫਿਰ ਇਸ ਨੂੰ ਛੱਤ ਉੱਤੇ ਜਾ ਧਰੀਏ ਸੋ ਇੱਥੇ ਕੀ ਆਂਦੇ ਆ ਕਵੀ ਜੀ ਕਿ ਮਿੱਟੀ ਦਾ ਇੱਕ ਖੁੱਲਾ ਪਾਂਡਾ ਠੀਕ ਹੈ ਮਿੱਟੀ ਦਾ ਕੋਈ ਵੀ ਇੱਕ ਖੁੱਲਾ ਪਾਂਡਾ ਹੈ ਜਿਹੜਾ ਜਿਵੇਂ ਆ ਦੇਖੋ ਆ ਪਾਂਡਾ ਦੇਖ ਰਹੇ ਹੋ ਤੁਸੀਂ ਹਨ ਇੱਕ ਬਰਤਨ ਪਾਂਡਾ ਜਿਹੜਾ ਹੈ ਆਹ ਚੀਜ਼ ਹਨਾ ਐਸ ਪਾਂਡਾ ਖੁੱਲਾ ਥੋੜਾ ਖੁੱਲਾ ਹੋਵੇ ਹਨਾ ਪੰਛੀ ਸੌਖੇ ਤਰੀਕੇ ਨਾਲ ਪਾਣੀ ਪੀ ਲੈਣ ਚੋਗਾ ਚੁਗ ਲੈਣ ਹਨਾ ਆਪਾਂ ਪਾਣੀ ਦਾ ਭਰ ਕੇ ਵੀ ਰੱਖਦੇ ਆਂ ਚੋਗਾ ਆਪਾਂ ਖੰਡਾ ਦਿੰਨੇ ਆਂ ਤਾਂ ਉਹ ਉਹ ਆਪੇ ਚੁਗ ਲੈਂਦੇ ਹਨਾ ਬਰੀਕ ਚੁੰਝਾਂ ਹੁੰਦੀਆਂ ਨੇ ਚੁੰਝਾਂ ਨਾਲ ਚੋਗਾ ਚੁਗਦੇ ਹਨਾ ਫਿਰ ਇਹ ਧੋ ਪਾਣੀ ਨਾਲ ਭਰੀਏ ਕਿ ਮਿੱਟੀ ਦਾ ਇੱਕ ਖੁੱਲਾ ਪਾਂਡਾ ਬਿਲਕੁਲ ਧੋ ਕੇ ਤੇ ਫਿਰ ਉਸ ਨੂੰ ਪਾਣੀ ਨਾਲ ਭਰ ਦਿੰਨੇ ਆ ਹਨਾ ਪਾਣੀ ਦੀ ਪਿਆਸ ਵੀ ਤਾਂ ਲੱਗਦੀ ਹੈ ਨਾ ਠੀਕ ਹੈ ਜਿਵੇਂ ਆਪਾਂ ਰੋਟੀ ਖਾ ਕੇ ਖਾਣਾ ਖਾ ਕੇ ਆਪਾਂ ਤੇ ਫਿਰ ਆਪਾਂ ਪਾਣੀ ਪੀਂਦੇ ਆ ਉਵੇਂ ਪੰਛੀ ਵੀ ਫਿਰ ਦਾਣਾ ਚੁੱਕ ਕੇ ਪਾਣੀ ਵੀ ਪੀਂਦੇ ਆ ਹਨਾ ਜਾਂ ਪਹਿਲਾਂ ਜੇ ਕਿਸੇ ਨੂੰ ਜ਼ਰੂਰਤ ਹੋਵੇ ਉਵੇਂ ਪੀ ਲੈਂਦੇ ਆ ਠੀਕ ਹੈ ਦੋਵੇਂ ਭੈਣ ਭਰਾ ਫਿਰ ਇਸ ਨੂੰ ਛੱਤ ਉੱਤੇ ਜਾ ਧਰਿਏ ਫਿਰ ਅਸੀਂ ਦੋਵੇਂ ਭੈਣ ਭਰਾ ਜਿਹੜੇ ਹੈ ਕਵੀ ਕਹਿ ਰਿਹਾ ਹੈ ਆਪਣੇ ਆਪ ਨੂੰ ਕਿ ਅਸੀਂ ਫਿਰ ਦੋਵੇਂ ਜਿਹੜੇ ਭੈਣ ਭਰਾ ਹੈ ਉਹ ਜਾ ਕੇ ਛੱਤ ਉੱਤੇ ਇਸ ਨੂੰ ਧਰਿਆ ਆਈਦਾ ਹੈ ਕਿ ਜੇ ਥੱਲੇ ਆਪਾਂ ਧਰਾਂਗੇ ਤਾਂ ਕਈ ਵਾਰੀ ਆਪਣਾ ਆਉਣ ਜਾਣ ਰਹਿੰਦਾ ਹੈਗਾ ਜਿਆਦਾ ਹੈਨਾ ਤਾਂ ਫਿਰ ਇਹ ਪੰਛੀ ਉਹ ਡਰਦੇ ਰਹਿੰਦੇ ਆ ਤੇ ਪਾਣੀ ਜਾਂ ਚੋਗਾ ਛੇਤੀ ਚੁਗ ਨਹੀਂ ਸਕਦੇ ਜਾਂ ਕਿਤੇ ਆਪਣੇ ਪਾਸੇ ਥੱਲੇ ਕਿਤੇ ਉਹ ਜਗਾ ਹੋਵੇ ਜਿੱਥੇ ਆਪਣਾ ਆਉਣਾ ਜਾਣਾ ਥੋੜਾ ਘੱਟ ਹੋਵੇ ਹੈਨਾ ਉੱਥੇ ਖਿਲਾਰ ਦਿਓ ਨਹੀਂ ਫਿਰ ਛੱਤ ਉੱਤੇ ਵਧੀਆ ਹੈਨਾ ਛੱਤ ਉੱਤੇ ਖਿਲਾਰ ਦਿਆ ਕਰੋ ਦੋਵੇਂ ਭੈਣ ਭਰਾ ਫਿਰ ਇਸ ਨੂੰ ਛੱਤ ਉੱਤੇ ਜਾ ਧਰੀਏ ਫਿਰ ਉੱਥੇ ਛੱਤ ਦੇ ਉੱਤੇ ਜਾ ਕੇ ਰੱਖ ਦਈਦਾ ਹੈ ਧਰੀਏ ਦਾ ਮਤਲਬ ਰੱਖ ਦਈਦਾ ਉੱਤੇ ਠੀਕ ਹੈ ਉਸ ਤੋਂ ਬਾਅਦ ਕਵੀ ਕਹਿ ਰਿਹਾ ਕਿ ਭਾਂਤ-ਭਾਂਤ ਦੇ ਪੰਛੀ ਆ ਕੇ ਫਿਰ ਭਾਂਤ-ਭਾਂਤ ਦੇ ਕਈ ਤਰ੍ਹਾਂ ਦੇ ਹਨਾ ਭਾਂਤ-ਭਾਂਤ ਦੇ ਕਈ ਪ੍ਰਕਾਰ ਦੇ ਜਿਹੜੇ ਆ ਆ ਚੀਜ਼ ਹੈ ਨਾ ਆ ਭਾਂਤ-ਭਾਂਤ ਦੇ ਕਈ ਪ੍ਰਕਾਰ ਦੇ ਜਿਹੜੇ ਪੰਛੀ ਹੈ ਉਹ ਆਉਂਦੇ ਆ ਹਨਾ ਤੇ ਉਹ ਚੋਗਾ ਚੁਗਦੇ ਆ ਉੱਥੇ ਪੰਛੀ ਤੁਸੀਂ ਮੈਂ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਵੀ ਘੁੱਗੀਆਂ ਵੀ ਆਉਂਦੀਆਂ ਗੁਟਾਰਾਂ ਵੀ ਆਉਂਦੀਆਂ ਠੀਕ ਹੈ ਕਾਂ ਵੀ ਆਉਂਦੇ ਨੇ ਠੀਕ ਹੈ ਤੋਤੇ ਵੀ ਆਉਂਦੇ ਨੇ ਠੀਕ ਹੈ ਇਸ ਤਰ੍ਹਾਂ ਕਰਕੇ ਹੋਰ ਬਹੁਤ ਸਾਰੇ ਪੰਛੀ ਹੈ ਕਈ ਕਈ ਪੰਛੀਆਂ ਦੇ ਤਾਂ ਆਪਾਂ ਉੱਥੇ ਆਪਣੇ ਨਾਮ ਜਾਣਦੇ ਹੁੰਨੇ ਆ ਜਿਵੇਂ ਕਈ ਨਹੀਂ ਵੀ ਜਾਣਦੇ ਆਪਾਂ ਹਨ ਜਿਵੇਂ ਫੇਰ ਉੱਥੇ ਬਗਲੇ ਹੈ ਕਈ ਵਾਰੀ ਉਹ ਆ ਜਾਂਦੇ ਆ ਹਨ ਇਸ ਤਰ੍ਹਾਂ ਕਰਕੇ ਹੋਰ ਬਹੁਤ ਤਰ੍ਹਾਂ ਦੇ ਹੈਗੇ ਕੋਚਰੀ ਹੈ ਉੱਲੂ ਹੈ ਆਪਾਂ ਉਹ ਆਮ ਦੇਖਦੇ ਹੁੰਨੇ ਆ ਉਹ ਕਿਤੇ ਬੈਠੇ ਹਨ ਦੇਖਦੇ ਹੋਂ ਕਿ ਨਹੀਂ ਬੈਠੇ ਉਹ ਉਸ ਤਰ੍ਹਾਂ ਨਾਲ ਹਨ ਬਾਜ ਹੈ ਬਾਜ ਵੀ ਹੈ ਨਾ ਪੰਛੀ ਉਸ ਤਰ੍ਹਾਂ ਭਾਂਤ ਭਾਂਤ ਦੇ ਪੰਛੀ ਆ ਕੇ ਚੋਗਾ ਚੁਗ ਚੁਗ ਜਾਵਣ ਫੇਰੋ ਤੇ ਚੋਗ ਜਿਹੜੇ ਕਈ ਪ੍ਰਕਾਰ ਦੇ ਬਹੁਤ ਤਰ੍ਹਾਂ ਦੇ ਪੰਛੀ ਹੈ ਜਿਹੜੇ ਆਉਂਦੇ ਆ ਔਰ ਉਹ ਉੱਥੇ ਆਪਣਾ ਜਿਹੜਾ ਹੈ ਚੋਗਾ ਹੈ ਜਿਹੜੇ ਤੁਸੀਂ ਦਾਣੇ ਖਿਲਾਰ ਰੱਖੇ ਹੈ ਉਹ ਦਾਣੇ ਫਿਰ ਆਪਣੀਆਂ ਚੁੰਝਾਂ ਨਾਲ ਚੁਗ ਲੈਂਦੇ ਹੈ ਢਿੱਡ ਭਰ ਲੈਂਦੇ ਹੈ ਆਪਣਾ ਹਨ ਫਿਰ ਹੈ ਚੁੰਝਾਂ ਦੇ ਨਾਲ ਪਾਣੀ ਪੀ ਕੇ ਆਪਣੀ ਪਿਆਸ 부ਝਾਵਣ ਫਿਰ ਚੁੰਝਾਂ ਦੇ ਨਾਲ ਪਾਣੀ ਵੀ ਪੀਂਦੇ ਹੈ ਪਾਣੀ ਪੀ ਕੇ ਫਿਰ ਆਪਣੀ ਪਿਆਸ 부ਝਾ ਲੈਂਦੇ ਹੈ ਹਨਾ ਤੇ ਵੀ ਉਹਨਾਂ ਨੂੰ ਲੱਗਦੀ ਹੈ ਨਾ ਲੱਗਦੀ ਹੈ ਕਿ ਨਹੀਂ ਜਿਵੇਂ ਆਪਾਂ ਨੂੰ ਲੱਗਦੀ ਹੈ ਤੇ ਉਵੇਂ ਉਹਨਾਂ ਨੂੰ ਵੀ ਲੱਗਦੀ ਹੈ ਤੇ ਨਾਲ ਦੀ ਨਾਲੇ ਦੋ ਕੰਮ ਕਰਿਆ ਕਰੋ ਨਾਲੇ ਤਾਂ ਪਾਣੀ ਧਰਦਿਆ ਕਰੋ ਤੇ ਨਾਲੇ ਕੀ ਕਰੋਗੇ ਚੋਗਾ ਹੈ ਜਿਹੜਾ ਉਹ ਖੰਡਾ ਦਿਆ ਕਰੋ ਠੀਕ ਹੈ ਨਾ ਤੇ ਬੜੇ ਪਿਆਰੇ ਪੰਛੀ ਨੇ ਦਰਖਤ ਹੈ ਇਸੇ ਕਰਕੇ ਆਪਾਂ ਕਹਿੰਦੇ ਆ ਵੀ ਘਰਾਂ ਵਿੱਚ ਦਰਖਤ ਵੀ ਲਾਉਣੇ ਚਾਹੀਦੇ ਆ ਜੇ ਦਰਖਤ ਲੱਗੇ ਹੋਣਗੇ ਤਾਂ ਰੁੱਖ ਲੱਗੇ ਹੋਣਗੇ ਜਿਹੜੇ ਤੇ ਉਹ ਫਿਰ ਉੱਥੇ ਜਿਹੜੇ ਰੁੱਖਾਂ ਤੇ ਆ ਕੇ ਪੰਛੀ ਬਹਿੰਦੇ ਆ ਹੈ ਨਾ ਔਰ ਤੜਕੇ ਦੇਖੋ ਆਪਣੇ ਤੋਂ ਪਹਿਲਾਂ ਜਾਗ ਪੈਂਦੇ ਉਹ ਉੱਠਦੇ ਆ ਨਾ ਪਹਿਲਾਂ ਜਾਗ ਪੈਂਦੇ ਆ ਚਾਹ ਚਾਹਣ ਲੱਗ ਪੈਂਦੇ ਆ ਪੂਰੇ ਤਰੀਕੇ ਨਾਲ ਐ ਮਤਲਬ ਕਿੰਨੀ ਪਿਆਰੀ ਆਵਾਜ਼ ਹੁੰਦੀ ਹੈ ਉਹਨਾਂ ਦੀਆਂ ਆਵਾਜ਼ਾਂ ਹੁੰਦੀਆਂ ਹਨ ਹੁੰਦੀਆਂ ਨਾ ਇਸ ਤਰ੍ਹਾਂ ਤਾਂ ਉਹ ਬੜੇ ਮਤਲਬ ਫੁਰਤੀਲੇ ਹੁੰਦੇ ਆ ਹਨ ਕਿਸੇ ਕੰਮ ਵਿੱਚ ਜਿਹੜੀ ਹੈ ਘਾਲੋ ਨਹੀਂ ਕਰਦੇਗੇ ਹਨ ਦੇਰੀ ਨਹੀਂ ਕਰਦੇ ਹਨ ਫਿਰ ਅੱਗੇ ਹੈ ਕਿ ਰੰਗ ਬਰੰਗੇ ਪਿਆਰੇ ਪੰਛੀ ਖੂਬ ਰੌਣਕਾਂ ਲਾਉਂਦੇ ਫਿਰ ਰੰਗ ਬਰੰਗੇ ਜਿਹੜੇ ਪਿਆਰੇ ਪੰਛੀ ਹੈ ਉਹ ਬੜੇ ਖੂਬ ਰੌਣਕਾਂ ਲਾਉਂਦੇ ਆ ਉੱਥੇ ਹਨ ਲਾਉਂਦੇ ਆ ਨਾ ਕਈ ਤਰ੍ਹਾਂ ਦੇ ਰੰਗ-ਬਰੰਗੇ ਹੁੰਦੇ ਆ ਕਈ ਰੰਗ ਦੇ ਕਈ ਪ੍ਰਕਾਰਾਂ ਦੇ ਹਨ ਇਸ ਤਰ੍ਹਾਂ ਹੁੰਦੇ ਆ ਨਾ ਜਿਵੇਂ ਆਪਣੇ ਦੇਖਦੇ ਆ ਤੁਸੀਂ ਤੋਤਾ ਹੈ ਉਹ ਹਰੇ ਰੰਗ ਦਾ ਹੁੰਦਾ ਹੈ ਹਨਾ ਤੇ ਜਿਹੜੀ ਘੁੱਗੀ ਹੈ ਉਹ ਥੋੜੀ ਖਾਕੀ ਜੇ ਰੰਗ ਦੀ ਹੁੰਦੀ ਹੈ ਹਨਾ ਹੁੰਦੀ ਹੈ ਨਾ ਇਸ ਤਰ੍ਹਾਂ ਮਿੱਟੀ ਰੰਗੀ ਜਿਹਾ ਰੰਗ ਜਿਹਾ ਹੁੰਦਾ ਉਹਦਾ ਤੇ ਜਿਹੜੀ ਆਪਣੇ ਕਬੂਤਰ ਹੈ ਥੋੜਾ ਨੀਲਾ ਰੰਗ ਹੁੰਦਾ ਚਿੱਟੇ ਕਬੂਤਰ ਹੁੰਦੇ ਐ ਜਿ ਚੀਨੇ ਕਬੂਤਰ ਕਿਹਾ ਜਾਂਦਾ ਹੈ ਹਨਾ ਉਹ ਵੀ ਹੁੰਦੇ ਆ ਨਾ ਆਪਣੇ ਕਈ ਉਡਾਰੀਆਂ ਲਾਉਂਦੇ ਹੂੰ ਵੇਖਦੇ ਹੂੰ ਤੁਸੀਂ ਕਈ ਕਈਆਂ ਦੇ ਵੈਸੇ ਰੱਖੇ ਹੋਏ ਆ ਘਰਾਂ 'ਚ ਤਾਂ ਉਹ ਕਿਵੇਂ ਉਡਾਰੀਆਂ ਲਾਉਂਦੇ ਆ ਕਿ ਬਹਿ ਜਾਂਦੇ ਕਈ ਵਾਰੀ ਆਪਣੇ ਛੱਤਾਂ 'ਤੇ ਹਨ ਉਹ ਖੂਬ ਰੌਣਕਾ ਲਾਉਂਦੇ ਬੜੀਆਂ ਖੂਬ ਦਾ ਮਤਲਬ ਬਹੁਤ ਵਧੀਆ ਜੜੀਆਂ ਇਹੋ ਆਪਣੇ ਰੌਣਕਾ ਲਾਉਂਦੇ ਆ ਉੱਥੇ ਹਨ ਆਪਣਾ ਵੀ ਬੜਾ ਜੀ ਕਰਦਾ ਦੇਖਣ ਨੂੰ ਕਿ ਇਹ ਦੇਖੀਏ ਕਿਵੇਂ ਚੋਗਾ ਚੁਗਦੇ ਆ ਕਿਵੇਂ ਪਾਣੀ ਪੀਂਦੇ ਆ ਹਨਾ ਜਰੂਰ ਇਹ ਚੀਜ਼ ਤੁਸੀਂ ਕਰਿਆ ਕਰੋ ਬੇਟਾ ਠੀਕ ਹੈ ਉਹ ਮਤਲਬ ਜੇ ਉਹਨਾਂ ਨੂੰ ਬਹੁਤ ਜ਼ਿਆਦਾ ਦੂਰ ਜਾਣਾ ਪੈਂਦਾ ਤੇ ਜੋ ਉਹਨਾਂ ਦਾ ਨੇੜੇ ਹੀ ਸਰ ਜੇ ਹਨਾ ਇਸ ਕਰਕੇ ਜ਼ਰੂਰ ਕਰਿਆ ਕਰੋ ਪੇਟ ਭਰਨ ਤੇ ਉੱਡ ਜਾਵਣ ਉਹ ਲਾਲਚ ਨਹੀਂ ਦਿਖਾਉਂਦੇ ਫਿਰ ਦੇਖੋ ਪੇਟ ਭਰਨ ਤੇ ਉੱਡ ਜਾਂਦੇ ਆ ਇਹ ਨਹੀਂ ਉਹ ਕੋਈ ਆਪਣੇ ਇਹ ਤਾਂ ਹੈ ਨਹੀਂ ਵੀ ਉਹ ਜੇਬਾਂ ਨਹੀਂ ਭਰ ਕੇ ਲੈ ਜਾਂਦੇ ਹਨ ਲੈ ਜਾਂਦੇ ਨਹੀਂ ਨਾ ਨਾ ਉਹ ਆਪਣੇ ਕੋਈ ਕਿਸੇ ਤਰ੍ਹਾਂ ਕੋਈ ਇਸ ਤਰ੍ਹਾਂ ਪੋਣਾ ਲਿਉਂਦੇ ਝੂਲਾ ਲਿਉਂਦੇ ਆ ਕਿ ਉਹਦੇ ਵਿੱਚ ਲੈ ਜਾਂਦੇ ਆ ਐ ਤਾਂ ਨਹੀਂ ਲੈ ਕੇ ਜਾਂਦੇ ਨਾ ਹੈਨਾ ਦੱਸੋ हां सही है नहीं ਲੈ ਕੇ ਜਾਂਦੇ ਹਨ পেট ਭਰਨ ਤੇ ਉੱਡ ਜਾਵਣ ਉਹ ਲਾਲਚ ਨਹੀਂ ਵਿਖਾਉਂਦੇ ਲਾਲਚ ਉਹ ਕਿਸੇ ਤਰ੍ਹਾਂ ਦਾ ਮਤਲਬ ਲਾਲਚ ਨਹੀਂ ਕਰਦੇ ਐ ਨਹੀਂ ਕਹਿੰਦੇ ਵੀ ਅਸੀਂ ਕੁਝ ਤਾਂ ਚੁੱਕ ਕੇ ਲੈ ਚੱਲਨੇ ਆ ਠੀਕ ਹੈ ਢਿੱਡ ਭਰ ਕੇ ਲੈ ਚੱਲਨੇ ਆ ਕੁਝ ਅਸੀਂ ਆਪਦੇ ਨਾਲ ਕੋਈ ਜੇਬਾਂ ਭਰ ਕੇ ਲੈ ਚੱਲਨੇ ਆ ਜਾਂ ਉਹ ਕਰਕੇ ਲਾਲਚ ਨਹੀਂ ਵਿਖਾਉਂਦੇ ਬਸ ਜਿੰਨਾ ਲੋੜ ਹੁੰਦਾ ਹੈਗੀ ਹੈ ਜਿੰਨੀ ਉਹਨਾਂ ਨੂੰ ਜ਼ਰੂਰਤ ਹੁੰਦੀ ਹੈ ਉੰਨੀ ਉਹ ਚੁੱਕ ਕੇ ਆਪਣੇ ਉੱਡ ਜਾਂਦੇ ਹੈ ਹਨ ਇਸ ਕਾਰਨ ਹੀ ਸਾਰੇ ਪੰਛੀ ਸਾਡੇ ਮਨ ਨੂੰ ਪੌਂਦੇ ਪੌਂਦੇ ਕੀ ਹੈ ਚੰਗੇ ਲੱਗਦੇ ਐ ਪੌਂਦੇ ਦਾ ਕੀ ਹੁੰਦਾ ਚੰਗੇ ਲੱਗਦੇ ਐ ਪੌਂਦੇ ਠੀਕ ਐ ਪੌਂਦੇ ਆ ਸ਼ਬਦ ਹੈ ਨਾ ਪੌਂਦੇ ਪੌਂਦੇ ਕੀ ਹੈ ਚੰਗੇ ਲੱਗਦੇ ਠੀਕ ਐ ਮਤਲਬ ਪਿਆਰੇ ਲੱਗਦੇ ਆਪਾਂ ਇਹ ਵੀ ਕਹਿ ਸਕਦੇ ਆ ਹਨ ਕਿ ਇਸ ਕਾਰਨ ਹੀ ਸਾਰੇ ਪੰਛੀ ਸਾਡੇ ਮਨ ਨੂੰ ਪੌਂਦੇ ਕਿਉਂ ਪੌਂਦੇ ਐ ਕਿ ਉਹ ਚੋਗਾ ਚੁਗਦੇ ਐ ਠੀਕ ਐ ਪਾਣੀ ਪੀ ਲੈਂਦੇ ਐ ਢਿੱਡ ਭਰ ਲੈਂਦੇ ਐ ਜਿਨ੍ਹਾਂ ਨੂੰ ਨੂੰ ਜ਼ਰੂਰਤ ਹੁੰਦੀ ਐ ਔਰ ਫਿਰ ਉਹ ਆਪ ਦਾ ਉੱਡ ਜਾਂਦੇ ਐ ਕੋਈ ਲਾਲਚ ਨਹੀਂ ਵਿਖਾਉਂਦੇ ਫਿਰ ਆ ਕੇ ਉਹ ਛੱਤਾਂ ਤੇ ਆਪਣੇ ਰੌਣਕ ਲਾਉਂਦੇ ਐ ਆਪਾਂ ਨੂੰ ਦੇਖਣ ਦਾ ਜਿਹੜਾ ਆਪਣਾ ਜੀ ਪਰਚਾਉਂਦੇ ਐ ਆਪਣਾ ਮਨ ਲੱਗਿਆ ਰਹਿੰਦਾ ਹੈ ਹਨਾ ਇਸ ਕਰਕੇ ਕਿੰਨਾ ਵਧੀਆ ਕਰਦੇ ਨੇ ਇਹ ਜਿਹੜੇ ਪੰਛੀ ਹੈ ਸੋ ਆਪਾਂ ਨੂੰ ਇੱਕ ਤਾਂ ਜਿਹੜਾ ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਪਾਣੀ ਹੈ ਜਿਹੜਾ ਉਹ ਉਹਨਾਂ ਵਾਸਤੇ ਰੱਖਣਾ ਚਾਹੀਦਾ ਹੈ ਗਰਮੀਆਂ ਦੇ ਦਿਨਾਂ ਵਿੱਚ ਵੀ ਰੱਖਣਾ ਚਾਹੀਦਾ ਹੈ ਠੀਕ ਹੈ ਸਰਦੀਆਂ ਦੇ ਵੀ ਰੱਖਣਾ ਚਾਹੀਦਾ ਫਿਰ ਉਹ ਆਪਣਾ ਜਿਹੜਾ ਹੈਗਾ ਚੋਗਾ ਹੈ ਉਹਨਾਂ ਵਾਸਤੇ ਉਹ ਛੱਤ ਦੇ ਉੱਤੇ ਖਿਲਾਰ ਦਿਓ ਜਾਂ ਆਪਣੇ ਜਿਹੜਾ ਹੈਗਾ ਜਿੱਥੇ ਕੋਈ ਥੋੜੀ ਆਪਣੇ ਕਈ ਵਾਰੀ ਘਰਾਂ ਦਾ ਕੋਈ ਪਿਛਲਾ ਪਾਸਾ ਜਾਂ ਆਉਣ ਜਾਣ ਜਿੱਥੇ ਨਹੀਂ ਹੁੰਦਾ ਘੱਟ ਹੁੰਦਾ ਥੋੜਾ ਉੱਥੇ ਖਿਲਾਰ ਦਿਆ ਕਰੋ ਹਨਾ ਉੱਥੇ ਫਿਰ ਠੀਕ ਰਹਿੰਦਾ ਹੈਗਾ ਕਈ ਵਾਰੀ ਆਪਾਂ ਆਉਣਾ ਜਾਣਾ ਰਾਹ 'ਚ ਖਿਲਾਰਾਂਗੇ ਤਾਂ ਫਿਰ ਉਹ ਫਾਇਦਾ ਕੋਈ ਨਹੀਂ ਬੇਟਾ ਕੋਈ ਮਤਲਬ ਆਪਾਂ ਆਉਣਾ ਜਾਣਾ ਰਹੂਗਾ ਤੇ ਪੰਛੀ ਚੋਗਾ ਚੋਗੀ ਨਹੀਂ ਸਕਦੇਗੇ ਡਰਨ ਕੇ ਉਹ ਹਨਾ ਸੋ ਇਸ ਕਰਕੇ ਇਹ ਗੱਲਾਂ ਦਾ ਧਿਆਨ ਰੱਖਣਾ ਹੈ ਔਰ ਕਵੀ ਨੇ ਬੜੇ ਹੀ ਕਿੰਨੇ ਵਧੀਆ ਤਰੀਕੇ ਨਾਲ ਆਪਾਂ ਨੂੰ ਦੱਸਿਆ ਕੀ ਦੱਸਿਆ ਕਿ ਸਾਡੇ ਜਿਹੜੇ ਆਸੇ ਪਾਸੇ ਪਿਆਰੇ ਪੰਛੀ ਹੈ ਠੀਕ ਹੈ ਉਹ ਕਿਸ ਤਰ੍ਹਾਂ ਰਹਿ ਰਹੇ ਨੇ ਕਿਵੇਂ ਉਹਨਾਂ ਨੂੰ ਚੋਗੇ ਦੀ ਲੋੜ ਹੈ ਕਿਵੇਂ ਪਾਣੀ ਦੀ ਲੋੜ ਹੈ ਤੇ ਸਾਨੂੰ ਇਹ ਖਿਆਲ ਰੱਖਣਾ ਚਾਹੀਦਾ ਤੇ ਸਾਨੂੰ ਕਿੰਨੇ ਪਿਆਰੇ ਲੱਗਦੇ ਹਨ ਅੱਛਾ ਦੂਜੀ ਇੱਕ ਗੱਲ ਹੋਰ ਕਰਿਓ ਇੱਕ ਤਾਂ ਇਹ ਕਵਿਤਾ ਤੁਸੀਂ ਆਪਣੇ ਉਹਦੇ 'ਚ ਕਿਸੇ ਵੀ ਆਪਣੇ ਪ੍ਰੋਗਰਾਮ 'ਚ ਉੱਥੇ ਸੁਣਾਇਓ ਦੂਜੀ ਗੱਲ ਇਹ ਹੈ ਕਿ ਤੁਸੀਂ ਜਿਹੜੇ ਆਸੇ ਪਾਸੇ ਪੰਛੀ ਹੁੰਦੇ ਆ ਨਾ ਉਹਨਾਂ ਦੀਆਂ ਤੁਸੀਂ ਜਰੂਰ ਨਾ ਕਾਪੀ ਤੇ ਕਾਪੀ ਤੇ ਪੈਨ ਲੈ ਕੇ ਉਹਨਾਂ ਦਾ ਨਾਮ ਜ਼ਰੂਰ ਲਿਖਿਓ ਠੀਕ ਹੈ ਆਪਣੇ ਬਜ਼ੁਰਗਾਂ ਤੋਂ ਆਪਣੇ ਦਾਦਾ-ਦਾਦੀ ਤੋਂ ਆਪਣੇ ਮੰਮੀ ਪਾਪਾ ਤੋਂ ਆਪਣੇ ਠੀਕ ਹੈ ਉਹਨਾਂ ਤੋਂ ਜ਼ਰੂਰ ਪੁੱਛਿਓ ਇਹ ਚੀਜ਼ ਵੀ ਆ ਪੰਛੀ ਕਿਹੜਾ ਹੈ ਫਿਰ ਉਹ ਤੁਸੀਂ ਚੋਗਾ ਪਾ ਕੇ ਉਹਨਾਂ ਦੀਆਂ ਹਰਕਤਾਂ ਵੀ ਦੇਖਿਓ ਉਹ ਕਿਵੇਂ ਚੋਗਾ ਚੁਗਦੇ ਆ ਕਿਵੇਂ ਖੰਭ ਖਲਾਰਦੇ ਆ ਹਨ ਕਿਵੇਂ ਗੁੱਟਰ 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 ਗੁੱ ਕਰਦੇ ਆ ਕੋਈ ਕੁਛ ਬੋਲਦਾ ਕੋਈ ਕੁਛ ਬੋਲਦਾ ਹੈ ਹਨ ਕੋਈ ਕਰਦਾ ਐ ਕਰਦੇ ਆ ਕੋਈ ਹਨ ਕਿਵੇਂ ਕਰਦੇ ਨੇ ਇਸ ਤਰ੍ਹਾਂ ਦੀ ਆਵਾਜ਼ ਆਈਆਂ ਕੋਈ ਕੁਛ ਕਰਦੇ ਆ ਉਹ ਉਹ ਜ਼ਰੂਰ ਤੁਸੀਂ ਆਹ ਚੀਜ਼ ਦੇਖਿਓ ਨੋਟ ਕਰਿਓ ਤੇ ਤੁਹਾਨੂੰ ਕਿੰਨਾ ਵਧੀਆ ਲੱਗੂਗਾ ਹੈਨਾ ਸੋ ਇਸ ਕਰਕੇ ਇਹ ਜਿਹੜਾ ਹੈ ਅੱਜ ਅੱਜ ਦੀ ਆਪਣੀ ਕਵਿਤਾ ਹੈ ਜਿਹੜੀ ਇਹ ਪੜ੍ਹੀ ਹੈ ਠੀਕ ਹੈ ਗਾਈ ਵੀ ਆਪਾਂ ਤੇ ਇਹਨੂੰ ਤੁਸੀਂ ਗਾ ਕੇ ਸੁਨਾਇਓ ਵੀ ਤੇ ਪੜਿਓ ਵੀ ਤੇ ਬਾਕੀ ਤੁਸੀਂ ਪੰਛੀਆਂ ਨੂੰ ਜਿਹੜਾ ਆਸੇ ਪਾਸੇ ਦੇਖਿਓ ਤੇ ਤੁਸੀਂ ਗੌਰ ਨਾਲ ਉਹਨਾਂ ਦੇ ਜਾੜੂ ਹੋਇਓ ਕਿਸ ਤਰ੍ਹਾਂ ਦੇ ਕਿੰਨੇ ਪਿਆਰੇ ਲੱਗਦੇ ਨੇ ਹੈਨਾ ਸੋ ਅਗਲੀ ਕਲਾਸ 'ਚ ਆਪਾਂ ਫੇਰ ਮਿਲਦੇ ਹਾਂ ਬੇਟਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ